ਇਹ ਜਿਹੜਾ ਪੱਠਾ ਬਾਬੇ ਹੋਰਾਂ ਨੇ ਦਿੱਤਾ ਤੁਸੀਂ ਇੱਕ ਰੜਿਆ ਵਿੱਚ ਵੀ ਨਹੀਂ ਨਹੀਂ ਇਹ ਕਿਹੜੀ ਬ੍ਰੀਡ ਹੈ ਜੀ ਇਹ ਹੈ ਇਹ ਆਪਣੇ ਹਾਂ ਮੁੰਡੇ ਦੋਸਤ ਸੀਗੇ ਚਿਸ਼ਤੀਆਂ ਅੱਛਾ ਉਹਨਾਂ ਨੇ ਉੱਥੇ ਬਹੁਤ ਮਗਰੋਂ ਇਹ ਮੈਨੂੰ ਕਬੂਤਰ ਦਿੱਤੇ ਸੀ ਉਹ ਮੇਰੇ ਕੋਲ ਘਰ ਬੱਚੇ ਨਿਕਲੇ ਹਾਂਜੀ ਕਬੂਤਰ ਖੇਡਾਉਂਦੇ ਰਹੇ ਅੱਛਾ ਉਹ ਇਹਨਾਂ ਦੇ ਕੋਲ ਚਲਾ ਗਿਆ ਹਾਂਜੀ ਹਾਂਜੀ ਉਹ ਇੱਦਾਂ ਕਰਕੇ ਗਿਆ ਉਹ ਕਬੂਤਰ ਉਹ ਜਿਹੜਾ ਸ਼ਾਹ ਅੱਖਾਂ ਦੱਸਦਾ ਪਿਆ ਨਾ ਨਵੀਰ ਤੁਸੀਂ ਕਿੱਥੋਂ ਲਿਆਂਦਾ ਤੁਹਾਡੇ ਕੋਲ ਕਿੱਦਾਂ ਆਇਆ ਬੰਦਾ ਮੈਂ ਕਿਹਾ ਉਹ ਜੇ ਤੁਸੀਂ ਕਹਿੰਦੇ ਨਾ ਵੀ ਅਸੀਂ ਤੋੜ ਜਾ ਕੇ ਲੈ ਆਉਂਗੇ ਉਹ ਇੱਦਾਂ ਨੀ ਲੱਗਣਾ ਬੇਲੀ ਹੁਣ ਬੰਦੇ ਆਪਾਂ ਕਹਿੰਦਾ ਝੂਠ ਮਾਰਦੇ ਆਪਾਂ ਨੂੰ ਕੀ ਲੋੜ ਹੈ ਉਹ ਮੁੰਡਾ ਆਪਣੇ ਕੋਲ ਆਉਣਾ ਉਦੋਂ ਅਸੀਂ ਟਰੈਵਲ ਏਜੰਸੀ ਬਾਹਰ ਏਜੰਸੀ ਉਹਦੀ ਮੁੰਡਾ ਉਹ ਮੁੰਡਾ ਉੱਥੋਂ ਸੀਗਾ ਸਾਡੇ ਉੱਥੇ ਸਾਰੇ ਮੋਚੀ ਰਹਿੰਦੇ ਉਹਨਾਂ ਦਾ ਉੱਥੋਂ ਮੇਰੇ ਕੋਲ ਆਇਆ ਸੀ ਉਹਨੂੰ ਪਤਾ ਲੱਗਾ ਵੀ ਸ਼ੌਕ ਆ ਮੁੰਡੇ ਨੂੰ ਜ਼ਿਆਦਾ ਤਿੱਤਰਾਂ ਦਾ ਸ਼ੌਕ ਆ ਬੁਲਾਰੇ ਤੇ ਉਜਾਲਾ ਲੈ ਚਾਰ ਪੰਜ ਤਿੱਤਰ ਚਿਸ਼ਤੀਆਂ ਨੇ ਦੁਕਾਨ ਬਣਾਈ ਹੋਈ ਕਿਰਾਏ ਉਹਨੇ ਮੈਨੂੰ ਉੱਥੋਂ ਲਿਆ ਦਿੱਤੇ ਸਾਰਿਆਂ ਕੋਈ ਬਹਿੰਦਾ ਉਹਨਾਂ ਬਹਿੰਦਾ ਹੈਗਾ ਉਹ ਇੰਨਾ ਦਾ ਦਾਣਾ ਰਿਹਾ ਹੀ ਆ ਤੇ ਉਹਦਾ ਤਲਕ ਵਾਸਤਾ ਬੜਾ ਯਾਨੀ ਜੋ ਵੀ ਮੈਂ ਫਿਲਹਾਲ ਸਾਰੀਆਂ ਅਟੈਂਡ ਕਰਦਾ ਉਹ ਹੁਣ ਤੇ ਮੇਰੇ ਜ਼ਿਹਨ ਚ ਉਹਦਾ ਨਿਕਲਿਆ ਪਰ ਰਿਹਾ ਅਦਨਾਨ ਉਹਦਾ ਨਾਮ ਉਹਨੇ ਉਹ ਲਿਆਂਦੇ ਸੀ ਉਹਨੇ ਉਹਦੇ ਬਕੌਲ ਵੀ ਉਹ ਮੁੰਡਾ ਪੁਲਿਸ ਦੇ ਵਿੱਚ ਤੇ ਉਹ ਹੁੰਦਾ ਮੁਲਤਾਨ ਜਿਹਦੇ ਕਬੂਤਰ ਸ਼ਾਹ ਜਿਹਦੇ ਜਿਹਦੇ ਘਰੋਂ ਉਹਨੇ ਮੈਨੂੰ ਦਿੱਤੇ ਉਹਨੇ ਮੈਨੂੰ ਦਿੱਤੇ ਵੀ ਘੱਟੋ ਘੱਟ 15-16 ਇਹ ਫਿਰ ਵਿੱਚੋਂ ਬਾਬਾ ਲੈ ਗਿਆ ਸੀ ਸ਼ਹਿਰ ਫਰੀਦ ਜੀ ਤੋਂ ਬਾਜ਼ੀਆਂ ਹੋ ਉਹਦੇ ਮੁਕੱਦਰ ਉਹਦੇ ਨਾਲ ਕਬੂਤਰ ਉੱਡੇ ਸੀ ਤੇ 2-2.5 ਦੀ ਹਾਰ ਜਿੱਤ ਉਹ ਜਿੱਤ ਕੇ ਹਨਾ ਤਾਂ ਫਿਰਦਾ ਸੀ ਟਾਵਰ ਸੀ ਹਨਾ ਟਾਵਰ ਦੇ ਉੱਤੇ ਨੀ ਉਹ ਬੈਠਾ ਵਿਚਕਾਲੇ ਗਿਆ ਜਾਵੇ ਪੈਰ ਮਾਰ ਲਗਾ ਤੇ ਵਿੱਚ ਉਹ ਉੱਥੋਂ ਅਸੀਂ ਮਰਿਆ ਹੀ ਚੱਕਿਆ ਉਹਨੇ ਜੇ ਡਰਾਉਂਦਾ ਨਾ ਫਿਰ ਉਹ ਘਰੇ ਆਉਂਦਾ ਆ ਗਿਆ ਸੀ ਉਦੋਂ ਬਾਰੇ ਤੇ ਬਚ ਗਿਆ ਸੀ ਤੇ 2:30 ਜਿੱਤ ਕੇ 3:15 ਵਜੇ ਉਹ ਆਇਆ ਗਰਮੀ ਬੜੀ ਸੀ ਬਹੁਤ ਚੰਗਾ ਬੰਦਾ ਪਰੇ ਪਿੰਡ ਪੁੰਡ ਇੱਧਰ ਕਿਤੇ ਹੋ ਸਕਦਾ ਮੈਨੂੰ ਨਾ ਤਾਰਾਂ ਦਾ ਤਾਂ ਨਹੀਂ ਪਤਾ ਕਿੱਥੇ ਉਡਾਈਆਂ ਤੇ ਉਡਾਈਆਂ ਮੈਡੀਕਲ ਸਟੋਰ ਸਾਰੇ ਵਿਹਲੇ ਕਰਦੇ ਜੀ ਹੈ ਕੀ ਆ
ਮੇਰਾ ਤੋਂ ਉਹਦਾ ਮੈਂ ਗੋਲੀ ਲੈਣਾ ਦਿੱਤੀ ਨਾ ਖਤਮ ਹੋ ਗਿਆ ਵੀ ਮਸ਼ਾਕ ਲੈ ਗਈ ਸਾਰੇ ਲੋ ਸਾਰੇ ਲੈ ਜਾਂਦੇ ਨੇ ਤੇ ਕੱਲਾ ਵੀ ਥੱਕ ਗਿਆ ਸਾਰਾ ਦਿਹਾੜਾ ਚੜ ਕੇ ਸ਼ਾਮ ਨੂੰ ਬੈਠਾ ਜਿਹੜੀਆਂ ਅੱਖਾਂ ਦਾ ਸੀ ਕੀ ਬਾਤ ਹੈ ਤੇ ਘਰੋਂ ਲੈ ਕੇ ਨਿਕਲੇ ਨੇ ਤੇ ਅੱਠਵੇਂ ਦਿਨ ਜਿੱਥੇ ਜਗ੍ਹਾ ਦੱਸੇ ਪਏ ਢੱਕਦੇ ਦੜਾ ਉੱਥੇ ਜਾ ਕੇ ਰਾਤ ਰਹਿ ਗਏ ਸਾਈ ਕਮਰ ਦੀ ਘੜੀ ਅੱਗੇ ਉਹ ਸਵੇਰੇ ਛੱਡ ਨੂੰ ਛੱਡ ਅੱਠ ਦੜੇ ਛੱਡਦੇ ਗਏ ਘਰ ਨਹੀਂ ਗਏ ਸੈਂਤੀ ਪਿੰਡ ਵਾਲ ਗਿਆ ਆਰਫਰ ਵਾਲੇ ਰੋਡ 'ਤੇ 45 ਫੁੱਟ ਲੱਗ ਕੇ ਸੈਂਤੀ ਪਿੰਡ ਹਾਂਜੀ ਚੜ੍ਹਦੇ ਵਾਲੀ ਸਾਈਡ 'ਤੇ ਉੱਥੇ ਜਾ ਕੇ ਦੜੇ ਛੱਡ ਦਿੱਤਾ ਅੱਠਵੇਂ ਦੜੇ 'ਚ ਉੱਥੇ ਜਾ ਕੇ ਉਹਨੇ ਦੜਾ ਜਿੱਤ ਕੇ ਅਤੇ ਉਹ ਉਹਨਾਂ ਸਰਦਾਰ ਨੂੰ ਪਾਇਆ ਬਹੁਤ ਸਰਦਾਰ ਜੀ ਆਪਾਂ ਬਹੁਤ ਕਬੂਤਰ ਪਾਉਂਦਾ ਨੌਕਰ ਪਾਉਂਦਾ ਨੌਕਰ ਪਾਉਂਦਾ ਗੁਰਦੁਆਰ 'ਚ ਪਾ ਕੇ ਜਿੱਤਦਾ ਜੀ ਅੱਜ ਟਿੱਕੇ ਦਾ ਪੱਠਾ ਸੀ ਉਹ ਇੱਕ ਕਬੂਤਰ ਸੀ ਲਾਲ ਸਿਰਾ ਸਰਦਾਰ ਦਾ ਕਾਂ ਜੀ ਦੀ ਲੋਕ ਲੰਮੀ ਲੋਕ ਤਰ੍ਹਾਂ ਕਾਲੀ ਉੱਪਰ ਦੇਵਾ ਸਿੱਖੜਾ ਉੱਥੇ ਛੱਡਿਆ ਅਤੇ ਆਖਰੀ ਕਬੂਤਰ ਸਿਰ ਦਾ ਹਰ ਗਿਆ ਕਬੂਤਰ ਉਹਨੇ ਆਖਿਆ ਮੇਰਾ ਕਬੂਤਰ ਕੱਚਾ ਸੀ ਅਤੇ ਮੇਰੇ ਦਿਲ 'ਚ ਸ਼ੱਕ ਰਹਿ ਗਿਆ ਅੱਠਾਂ ਦਾ ਦੜਾ ਫਿਰ ਕਰੋ ਉਹਦੇ ਪਿੰਡ ਦੜਾ ਤੁਹਾਨੂੰ ਛੱਡਿਆ ਉੱਥੇ ਆ ਕੇ ਉੱਥੇ ਫਿਰ ਦੜਾ ਜਿੱਤ ਕੇ ਰਾਤ ਉੱਤੇ ਰਹਿ ਇੱਥੇ ਬਾਬਾ ਜੀ ਮਲਕਾਂ ਵਾਲੀ ਵਿਆੜੀ ਸਰਦਾਰ ਛੱਡਦਾ ਰਿਹਾ ਆ ਕੇ ਮਲਕ ਲਿਆਕਤ ਉਹ ਬਤਕ ਪੈਰਾ ਮੰਗ ਕੋ ਬੁੱਤ ਪਾਉਂਦਾ ਕਰਦਾ ਉਹ ਜਾਂਦਾ ਰਿਹਾ ਚਾਚਾ ਬਤਕ ਪੈਰਾ ਤੇ ਉਹਨੇ ਆਖਿਆ ਓਏ ਗੱਲ ਸੁਣੋ ਲਿਆਕਤ ਲੋਕਾਂ ਨੂੰ ਸ਼ੌਂਕ ਏ ਮੈਨੂੰ ਜਨੂਨ ਏ ਜੇ ਬਤਕ ਪੈਰਾ ਦੇਦਾ ਫਿਰ ਮੈਂ ਰਹਿਣਾ ਕਾਲੀ ਦੁਨੀਆ ਤੇ ਜੀ ਜੀ ਵਾਹ ਜੀ ਵਾਹ ਫਿਰ ਮੈਂ ਕਾਹਦੇ ਲਈ ਇੱਥੇ ਬੈਠਾ ਤੇ ਮੈਂ ਪੁੱਤਰ ਨੂੰ ਛੱਡਦਾ ਮਰ ਵੀ ਜਾਵਾਂ ਨਾਲ ਅੱਛਾ ਤੂੰ ਵੀ ਕਰਨਾ ਜਾ ਕੇ ਆ ਗਿਆ ਤੂੰ ਬਤਕ ਪੈਰਾ ਲੈਣ ਬੱਚੇ ਖਿਡਾਣੇ ਨਾ ਹੋਇਆ ਚਾਚਾ ਬੱਚੇ ਤੇ ਆਹ ਪੱਠਾ ਲੈ ਜਾ ਦਾ ਰੰਗਲਾ ਤੇ ਆਹ ਕਬੂਤਰੀ ਬਣਾ ਕਰ ਦਿੰਦਾ ਸ਼ਾਹ ਕੀ ਮਲਕਾਂ ਇਹ ਮੰਨਦੇ ਨਹੀਂ ਸੀ ਨਾ ਅੱਛਾ ਇਹ ਮਕਸੂਦ ਹੁੰਦਾ ਸੀ ਬੇਤੂ ਪਜੱਤਾਂ ਦਾ ਬੜਾ ਸ਼ੁਕਰੀਆ ਉਹ ਉਹਦਾ ਉਸੇ ਪੱਟੀ ਦਾ ਭਰਾ ਸੀ ਮਾਸੇ ਕਾਣਾ ਜਿਹੜਾ ਕਾਣਾ ਉਹਦਾ ਹੀ ਭਰਾ ਸੀ ਅੱਛਾ ਕਾਣਾ ਦਾ ਦੂਜੀ ਝੋਲੀ ਦਾ ਅੱਛਾ ਕਾਣਾ ਉਹਦਾ ਭਰਾ ਸੀ ਤੇ ਪਹਿਲੀ ਸਬੱਚਾ ਨਿਕਲਿਆ ਤੂੰ ਗਿਣ ਕੇ ਦੋ ਦਿਨ ਢੰਗ ਬਹਿ ਗਿਆ ਬੰਦ ਕਰਤਾ ਪਹਿਲੀ ਸਾਫ ਨੂੰ ਪੱਲੀ ਸਾਫ ਹੋ ਗਿਆ ਤੇ ਅਸੀਂ ਮੈਂ ਮਕੂਦ ਦਾ ਭਰਾ ਜੀ ਮਮੂਦ ਨਾ ਮਮੂਦ ਸੀ ਮਮੂਦ ਆਉਂਦੇ ਦਾ ਅਸੀਂ ਗਏ ਮਲਕ ਲਿਆ ਤਾਂ ਕੰਮ ਸੀ ਕਿਤੇ ਖੜਨਾ ਸੀ ਪੂਰੇ ਥਾਣੇ ਥੋੜੇ ਜੀ ਜੀ ਉਹਨੇ ਪੈਂਦਾ ਖੁੱਲਿਆ ਪੱਠੇ ਨੂੰ ਡੇੜੇ ਨਾ ਪਵਾ ਲਈਏ ਬਾਂਦੇ ਨੇ ਜਦੋਂ ਪਿਆ ਪੱਲੀ ਸਾਫ ਹੋ ਗਿਆ ਸਰਦਾਰ ਵਾਲੇ ਜੁੜਦਾ ਉਹਨੇ ਮੁੱਠ ਲਾ ਦਿੱਤੀ ਸਵੇਰੇ ਉਹ ਬਵੇ ਨਾ ਸੀ ਆਖਿਰ 40,000 ਆਪਾਂ ਤੇਰਾ ਨੌਕਰ ਪਾਇਆ ਤੇ ਸ਼ਾਮ ਨੂੰ ਬੈਠਾ ਟਾਂਗ ਸ਼ਾਮ ਆਸੇ ਪਾਸੇ ਪੈਰ ਵੀ ਨਹੀਂ ਕੱਢੇ ਅੱਛਾ ਸ਼ਾਮ ਨੂੰ ਬੈਠਾ ਟਾਂਗ ਜਾ ਪਹਿਲੀ ਵਾਹ ਸਹੀ ਵਾਹ ਮੁੜੋ ਉੱਡਣ ਲਾ ਕਾਣਾ ਦਾ ਫਿਰ ਚੌਂਕ ਖਤਮ ਹੋਇਆ ਵਿਆਹ ਹੋ ਗਿਆ ਤੇ ਉਹ ਕਬੂਤਰ ਲਿਆਉਟ ਪੈ ਗਿਆ ਤੇ ਵਿੱਚ ਉਹਨੇ ਕਬੂਤਰ ਮਾਰੇ ਤੇ ਉਹਦੀ ਅੱਖ ਕਾਣੀ ਹੋ ਗਈ ਕੀਤਾ ਹੀ ਸਹੀ ਦਾ ਹੜਦਾ ਸੀ ਨੈਟ ਹੀ ਆ 75
ਸਲਾਹ ਕਰ ਲਈ ਗੁਲਾਮ ਝੂਠਾ ਨਵਾਂ ਨਵਾਂ ਸਾਊਦੀ ਅਰਬ ਕਾਰ ਆ ਕੇ ਲਈ ਉਹਨੇ ਬੜਾ ਖਲਾਫ ਸਰਦਾਰ ਤੇਰੇ ਕੋਲ ਹੀ ਆ ਚਾਬੀ ਮੈਂ ਚਾਹੀਆਂ ਫਿਰ ਉਹ ਵੰਜੀ ਭੇਠਾ ਆ ਜਾਵੇ ਅਸੀਂ ਫਿਰ ਤਿੰਨ ਚਾਰ ਜਿਹੜੇ ਕਾਰ ਦੇ ਬੈਠੇ ਚਾਬੀਆਂ ਵੇਖੋ ਕਲਿਆਂ ਲੱਭੀਆਂ ਨੀ ਆ ਜੋੜ ਲਈ ਜਾ ਦੋ ਛੱਡੇ ਸੀ ਆ ਕੇ ਸ਼ਾਮ ਨੇ ਗੁਆਚ ਗਏ ਸਰਦਾਰ ਬੰਦਾ ਜ਼ਿਮੀਦਾਰ ਵੱਡਾ ਸਾਰੇ ਸਿੱਖ ਸਰਦਾਰ ਬਾਬਾ ਲੈ ਗੁਰਨਾਮ ਸਿੰਘ ਨਾਇਕ ਹੁੰਦੇ ਝੁੱਟੀ ਵਾਲੇ ਸਿੱਖ ਸੀ ਗੁਰਨਾਮ ਸਿੰਘ ਨਾਇਕ ਉਹਨਾਂ ਕਬੂਤਰ ਦੇ ਨਹੀਂ ਸਰਦਾਰ ਦਾ ਬੰਦਾ ਉਹ ਵੀ ਜਾਣਦਾ ਸਰਦਾਰ ਪਾਕਿਸਤਾਨ ਸਰਦਾਰ ਮਿਲਾ ਮੈਂ ਡਾਕਟਰ ਆਪਣਾ ਕਮਰ ਦੀ ਉਹਨੇ ਆਖਿਆ ਕਮਰ ਦੀ ਮੁਰਾਦ ਆ
ਅੰਦਰ ਮੇਰੇ ਪਰਦੇ ਨਾਲ ਆ ਜਾਂਦਾ ਇੱਧਰ ਪਰ ਆ ਜਿਹੜੇ ਬੰਦੇ ਨੇ ਕੋਈ ਲੈਣ ਨੂੰ ਪੁੱਤੀ ਕਿ ਨਾ ਜ਼ਰੂਰ ਨਹੀਂ ਕਰਦੀ ਬੜਾ ਫਿਰ ਮਗਰ ਲੱਗੇ ਫੜਾ ਕਬੂਤਰ ਡਾਇਆ ਛੋਟਾ ਜਾਂਦੇ ਕਬੂਤਰ ਫੜਨੇ ਜਾਂਦੇ ਸਨ ਸਰਦਾਰ ਦਾ ਕਬੂਤਰ ਫੜ ਲਈ ਆਪਾਂ ਦੁਨੀਆਂ ਤੇ ਆ ਜਾਂਗੇ ਜੀਰੇ ਆਜਮ ਕਬੂਤਰ ਮੈਨੂੰ ਪਤਾ ਲੱਗਾ ਜੀ ਸਰਦਾਰ ਸਦੀਕ ਦਾ ਵੀ ਕਬੂਤਰ ਚੋਰੀ ਹੋ ਗਿਆ ਹੋ ਜਾਂਦੇ ਆ ਜੀ ਮੁੰਡੇ ਉਹਦੇ ਲੋਹਾਰਾ ਤਰਖਾਣਾ ਕੰਮੀਆਂ ਦੇ ਘਰ ਸਾਰਿਆਂ ਕੋਠਾ ਹੀ ਕਬੂਤਰ ਹੀ ਨਹੀਂ ਯਾਰ ਉਹਨਾਂ ਦੇ ਮਲੰਗ ਕਬੂਤਰ ਹੜ ਬਿੰਡੇ ਹਾਂ ਤੇ ਮੀਂਹ ਦੇ ਕੋਲ ਅਸੀਂ ਆਪ ਦੇਖੇ ਜੇ ਬਿੰਡੇ ਤੇ ਮੀਂਹ ਦੇ ਬੜੇ ਮਸ਼ਹੂਰ ਹੋ ਮਸ਼ਹੂਰ ਆ ਡੱਬੇ ਸਹੀ ਮੇਰਾ ਸਹੀ ਮੀਆਂ ਇਹ ਕੋਈ ਦੱਸਿਆ ਹਨਾ ਮੀਆਂ ਕਹਿੰਦਾ ਜੀ ਅਸੀਂ ਮੀਆਂ ਉਸੇ ਦੀ ਸੀਗਾ ਨੀਫੀ ਉਸੇ ਚ ਚਿੱਟੀਆਂ ਖਿਆਲੇ ਇਹਨਾਂ ਨੇ ਚੀਚਾ ਵਗਨੀ ਕੋਲ ਪੰਨ ਕੇ ਚੱਕ ਸੀ ਉੱਥੇ ਜਾ ਕੇ ਹਨਾ ਉਹਦੇ ਚਿੱਟੀਆਂ ਖਿਆਲੇ ਦੀ ਪੱਠੇ ਦੀ ਹੈ ਪੱਠੀ ਦੀ ਹੈ ਉਹਦੀ ਪੱਠੀ ਮਰ ਗਈ ਉਹਦੀ ਹੈ ਜਦੋਂ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਸਾਡੇ ਕੋਲ 200 ਹੋਰ ਲੈ ਲਓ ਸਾਡਾ ਵੇਚਾ ਸ਼ਾਮਿਲ ਕਰ ਲਓ ਉਹਨਾਂ ਨੇ ਕਿਹਾ ਟਿਕਦਾ ਨੀ ਉੱਥੇ ਤੁਰਿਆ ਭੱਜਾ ਜਾਂਦਾ ਭੱਜਾ ਆਉਂਦਾ ਫਿਰ ਕਢਾਉਣ ਉਹਨਾਂ ਨੇ ਫਿਰ ਕਰ ਲਿਆ ਉਹ 4 ਵਜੇ ਕਹਿੰਦੇ ਹਾਰ ਜਿੱਤ ਹੋ ਗਈ ਅਸੀਂ ਰੁਪਈਏ ਪਾਏ ਜੇਬੀ ਚ ਝੱਟ ਬੈਠੇ ਤੇ 6-7 ਵਜੇ ਗਏ ਉਹਦੀ ਉਹੀ ਤਾਣ ਮੀਆਂ ਕਹਿੰਦਾ ਮੈਂ ਕਿਹਾ ਚੱਲੀਏ ਸਾਵਾ ਝਾੜ ਆਪਾਂ ਹੁਣ ਚੱਲੀਏ ਇਹ ਨੀ ਲੱਭਣਾ ਉਹ ਹਨੇਰਾ ਹੀ ਕਰ ਗਿਆ ਨੀ ਲੱਭਣਾ ਤੇ ਅਸੀਂ ਮੀਆਂ ਕੋਲ ਜਾਂਦੇ ਨਾ ਰਾਤ ਰਾਤਾਂ ਰਹਿਣੀਆਂ ਉੱਥੇ ਬਾਬੇ ਨੂੰ ਕਾਰ ਦਾ ਪੁਆਇੰਟ ਉੜਿਆ ਇੱਥੇ ਇੱਕ ਬੱਚਾ ਇੱਕ ਬੜਾ ਚੰਗਾ ਉੜਿਆ ਸੀ ਬੱਚਾ ਕਬੂਤਰ ਪਕੜ ਲਿਆ ਲਾਲ ਸਿਰਾ ਵੱਡਾ
ਬੱਚਾ ਵੇਖੋ ਜੀ ਬੱਚਾ ਤੇ ਪਾਰਕ ਹੋ ਲਿਆ ਜੀ ਸ਼ੌਕ ਕਰੋ ਜੀ ਬਸ ਹੁਣ ਤੁਸੀਂ ਚੰਗੇ ਜਿਹੜੇ ਦੱਸੋ ਕਬੂਤਰ ਹੈ ਬਹੁਤ ਅੱਛਾ ਹੈ ਬੱਚਾ ਵੀ ਖਾ ਇਹ 6 ਮਹੀਨੇ ਸਾਲ ਨੂੰ ਲਾਇਆ ਨਹੀਂ ਅਸੀਂ ਮੈਂ ਕਿਹਾ ਕਰ ਕਬੂਤਰ ਜੋੜੇ ਕਰ ਬੜਾ ਕਬੂਤਰ ਇਹ ਉਹ ਲੰਮੀ ਨੌਕ ਵਾਲੀ ਜਿਹੜੀ ਮਾਦੀ ਉਹਦੇ ਨਾਲ ਛੱਡਦਾ ਹੈ ਜੀ ਅਕਾਲ ਲੋਕੀ ਨਾਲ ਸੀ ਅਕਾਲ ਲੋਕੀ ਲੰਮੀ ਨੌਕ ਵਾਲੇ ਕਿਹੜਾ ਜੀ ਉਹ ਸਾਈਂ ਕਬੂਤਰ ਤਾਂ ਸਦਾ ਵਾ ਕਿਹੜਾ ਜੀ ਮਸੀਤ ਆ ਸਦਾ ਲੈਣਾ ਚਾ ਕਹਿ ਰਹੇ ਜੀ ਕਹਿ ਰਹੇ ਹਾਂਜੀ ਚਾਹੀਦਾ ਚਾਹੀਦਾ ਜੀ ਹਾਂਜੀ ਤੁਸੀਂ ਕੀ ਤਬਸਰਾ ਕਰਦੇ ਨੇ ਸਾਨੂੰ ਚਾਹੀਦੇ ਮਸੀਤ ਤੁਹਾਨੂੰ ਦੋਵਾਂ ਚਾਹੀਦਾ ਤੁਸੀਂ ਆਪਸ ਦੇ ਟਾਸ ਕਰ ਲਓ ਦੋਵੇਂ ਵੀਰਾ ਜਿਹਨੂੰ ਚਾਹੀਦਾ ਦੁੱਧ ਕਰ ਲਓ ਕੋਈ ਪੂਛ ਪਾਤ ਲਵੇ ਕੋਈ ਪਾਟ ਲਵੇ ਕੋਈ ਕੁਛ ਕਰ ਲਵੇ ਜੀ ਭਾਈ ਗੱਲ ਤਾਂ ਸੁਣੋ ਜੀ ਸਾਨੂੰ ਪਹਿਲੇ ਪਹਿਲੇ ਆਖਾ ਹੈ ਫਿਆਜ਼ ਕਾ ਵੀ ਕਬੂਤਰ ਚਾਹੀਦਾ ਹਾਂਜੀ ਇਹ ਆਪਸ ਦੇ ਦੋਵੇਂ ਕਰ ਲਵੇ ਕਿਉਂ ਮੇਰੇ ਹਿੰਦ ਦੋਵੇਂ ਵੀਰਾ ਇੱਕ ਮਿੰਟ ਗੱਲ ਤਾਂ ਸੁਣੋ ਸਾਈ ਮੇਰਾ ਗੱਲ ਤਾਂ ਸੁਣ ਲਈ ਕਰੋ ਨਾ ਠੀਕ ਹੈ ਨਾ ਜੀ ਮੈਨੂੰ ਫਿਆਜ਼ ਕਾਂ ਇਹ ਗੱਲ ਕੀਤੀ ਹੈ ਵੀ ਕਬੂਤਰ ਮੈਨੂੰ ਪੀਰ ਸਾਹਿਬ ਚਾਹੀਦਾ ਵੀ ਮੈਨੂੰ ਬੱਚਿਆਂ ਵਾਸਤੇ ਦਿਓ ਮੈਂ ਕਿਹਾ ਠੀਕ ਹੈ ਜੀ ਹਾਜ਼ਰ ਮੈਂ ਦੇਵਾਂ ਗਲਤ ਗੱਲ ਨਹੀਂ ਤੂੰ ਹੀ ਮੇਰਾ ਵਿਰਾ ਉਹ ਹੀ ਮੇਰਾ ਵਿਰਾ ਬਾਬਾ ਜੀ ਉਸ ਮੇਰਾ ਆਖ ਮੈਂ ਕਿਹਾ ਠੀਕ ਹੈ ਆਪਾਂ ਸਦਵਾ ਇੱਧਰ ਲਿਆ ਇੱਧਰ ਲਾ ਕਰ ਉਹਦੇ ਨਾਲ ਫਿਰ ਇੱਕ ਵੱਡਾ ਸਟੋਰ ਬਣਾ ਬੰਦਾ ਤੇਰੇ ਕੋਲ ਪਿੰਡ ਦੇ ਨੂੰ ਤੁਸੀਂ ਕੋਈ ਦਵਾਈ ਪੁੱਛ ਲਓ ਜੋ ਤਾਂ ਹੈਗੀ ਇਹਦੇ ਕੋਲ ਜੇ ਉਸਤਾਦ ਨਾਲੇ ਆਪ ਹੀ ਉਸਤਾਦ ਬੰਦਾ ਸ਼ੱਕ
ਅੱਗੇ ਕਿਸੇ ਕੋਈ ਪਰੇ ਪੰਚਾਇਤ ਹੁੰਦੀ ਸੀ ਮਲਾਂਗ ਨੀ ਬੋਲਣੇ ਨਾ ਦਿੰਦਾ ਆਮਦਾਰ ਜੀ ਸੀ ਅੱਜ ਉਹਦਾ ਛੋਟਾ ਭਾਈ ਹਰ ਚੀਜ਼ ਉਹਨਾਂ ਸਾਨੂੰ ਦੱਸੀ ਬਸ ਕਾਫੀ ਨੇ ਬਿਆ ਲਿਆ ਬਸ ਯਾਰ ਬੜਾ ਸ਼ੌਕ ਬਹੁਤ ਸ਼ੌਕ ਬੜਾ ਸ਼ੌਕ ਇਹਦਾ ਹੀ ਬੜਾ ਹੈ ਮੋੜ ਕਦੇ ਸਹੀ ਇਹ ਨਾ ਕਬੂਤਰ ਮੀਆਂ ਫਸਲੀਆਂ ਤੋੜਾ ਕੇ ਹਟੇਗਾ